ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਬਹੁਤ ਇੰਪੋਰਟੈਂਟ ਵੀਡੀਓ ਹੈ। ਜੇ ਤੁਹਾਡਾ ਦਿਲ ਧੜਕਦਾ ਹੈ ਗੁਰੂ ਘਰ ਦੇ ਵਜ਼ੀਰਾਂ ਲਈ, ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ, ਕਿਉਂਕਿ ਤੁਸੀਂ ਜਾਣਦੇ ਹੋ ਪੂਰੇ ਪੰਜਾਬ ਦੇ ਵਿੱਚ ਗ੍ਰੰਥੀ ਸਿੰਘਾਂ ਦੇ ਘਰਾਂ ਦੀ ਉਸਾਰੀ ਦੀ ਸੇਵਾ ਚੱਲ ਰਹੀ ਹੈ। ਉਸੇ ਕੜੀ ਦੇ ਵਿੱਚ ਸਾਡੀ ਸੰਸਥਾ ਵਿੱਚ ਇੱਕ ਮਾਤਾ ਰਹਿੰਦੀ ਸੀ, ਜਿਹਦਾ ਇਹ ਘਰ ਹੁੰਦਾ ਸੀਗਾ। ਉਹ ਮਾਤਾ ਹੋ ਗਈ ਪੂਰੀ, ਅਤੇ ਉਹਨੇ ਆਹ ਘਰ ਸਾਨੂੰ ਸੰਸਥਾ ਨੂੰ ਦਾਨ ਕਰਤਾ ਸੀਗਾ। ਹੁਣ ਅਸੀਂ ਕਿਹੜਾ ਨਾਲ ਲੈ ਜਾਣਾ ਹੈ ਨਾ। ਵੱਡੇ ਵੱਡੇ ਸਿੱਖ ਪ੍ਰਚਾਰਕ, ਕਥਾਵਾਚਕ ਕਥਾ ਤਾਂ ਕਰਦੇ ਹੈ, ਪ੍ਰਚਾਰ ਤਾਂ ਕਰਦੇ ਧਰਮ ਦਾ, ਉਸ ਤੋਂ ਬਾਅਦ ਬਹੁਤ ਬੋਲਦੇ ਹੈ ਕਿ ਬਈ ਅਸੀਂ ਕਿਹੜਾ ਨਾਲ ਲੈ ਜਾਣਾ, ਮੋਹ ਮਾਇਆ ਦਾ ਤਿਆਗ ਕਰੋ। ਪਰ ਗੱਡੀਆਂ 'ਚ ਕਿਹੜੀ ਗੱਡੀਆਂ 'ਚ ਉਤਰਦੇ ਹਾਂ? ਰੋਲਸ ਰੋਇਸ, ਰੇਂਜ ਰੋਵਰ, 2-2 ਕਰੋੜ ਦੀਆਂ। ਗੱਲਾਂ ਥੋੜ੍ਹੀ ਚੁਭਣੀਆਂ ਲੱਗ ਸਕਦੀਆਂ, ਲੇਕਿਨ ਜੇ ਸਹਿਮਤ ਹੋ ਨਾ ਤਾਂ ਕਮੈਂਟ ਵੀ ਕਰਿਓ ਔਰ ਸ਼ੇਅਰ ਵੀ ਕਰਿਓ। ਔਰ ਥੱਲੇ ਨੰਬਰ ਚੱਲ ਰਹੇ, ਸਾਨੂੰ ਕਾਲ ਵੀ ਕਰ ਸਕਦੇ ਹੋ, ਵੈਬਸਾਈਟ ਚੱਲ ਰਹੀ, ਸਾਨੂੰ ਵਿਜ਼ਿਟ ਵੀ ਕਰੋ। ਸੇਵਾ ਦੇ ਵਿੱਚ ਸਹਿਯੋਗ ਜ਼ਰੂਰ ਕਰਿਓ। ਬਹੁਤ ਇੰਪੋਰਟੈਂਟ ਵੀਡੀਓ ਹੈ, ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਤੁਹਾਨੂੰ ਜਿਹੜੇ ਮਰਜ਼ੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਮਿਲ ਰਹੇ ਹੈ, ਪਲੀਜ਼ ਤੁਹਾਡੇ ਸੇਵਾ ਦੀ ਬਹੁਤ, ਸਹਿਯੋਗ ਦੀ ਬਹੁਤ ਲੋੜ ਹੈ। ਦਾਨੀ ਵੀਰਾਂ ਭੈਣਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ, ਜੋ ਗੁਰੂ ਘਰ ਦੇ ਵਜ਼ੀਰਾਂ ਨੂੰ ਪਿਆਰ ਕਰਦੇ ਹੈ, ਬਾਬਾ ਬੁੱਢਾ ਜੀ ਦੇ ਵਾਰਸਾਂ ਨੂੰ ਪਿਆਰ ਕਰਦੇ ਹੈ। ਕਿਉਂਕਿ ਜੋ ਗੁਰਦੁਆਰਾ ਦਾ ਈਕੋਸਿਸਟਮ ਹੈ ਨਾ, ਉਸਦੇ ਵਿੱਚ ਸਭ ਤੋਂ ਜੋ ਬੁਰੀ ਹਾਲਤ ਹੈ ਉਹ ਗੁਰੂ ਘਰ ਦੇ ਵਜ਼ੀਰਾਂ ਦੀ ਹੈ, ਬਾਕੀ ਸਾਰਿਆਂ ਕੋਲ ਪੈਸਾ ਹੈ। ਐਨੀ ਹਾਓ ਮੁੱਦੇ 'ਤੇ ਵਾਪਿਸ ਆਉਂਦੇ ਹਾਂ ਔਰ ਇਸ ਘਰ ਦੀ ਗੱਲ ਕਰਦੇ ਹਾਂ। ਇਹ ਨਾਭੇ ਦੇ ਵਿੱਚ ਹੈ, ਇਹ ਘਰ ਸਾਨੂੰ ਉਹ ਮਾਤਾ ਦੇ ਗਈ ਸੀ ਜਦੋਂ ਪੂਰੀ ਹੋਈ ਸੀਗੀ। ਅਤੇ ਅਸੀਂ ਸਾਡੇ ਕੋਲ ਕੁਛ ਟਾਈਮ ਪਿਆ ਰਿਹਾ, ਹੁਣ ਇਸ ਟਾਈਮ ਤੁਹਾਨੂੰ ਪਤਾ ਗ੍ਰੰਥੀ ਸਿੰਘਾਂ ਦੇ ਘਰਾਂ ਦੀ ਉਸਾਰੀ ਦੀ ਸੇਵਾ ਜ਼ੋਰ ਸ਼ੋਰ 'ਤੇ ਹੈ ਔਰ 2 ਘਰ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਔਰ 2 ਘਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਬਣਾਏ ਜਾ ਰਹੇ ਨੇ, ਜੋ ਕਿ 99% ਕੰਪਲੀਟ ਹੋ ਚੁੱਕੇ ਆ, ਹੈਂਡ ਓਵਰ ਕਰਨ ਲੱਗੇ ਹਾਂ। ਅੱਜ 17 ਸਤੰਬਰ 2024 ਹੈ ਔਰ ਅਗਲੇ 1 ਮਹੀਨੇ 'ਚ ਮੋਸਟ ਪ੍ਰੋਬਬਲੀ ਇਸ ਟਾਈਮ ਟੀਮ ਗਈ ਹੋਈ ਹੈ ਸਰਵੇ ਕਰਨ ਮਹਾਰਾਸ਼ਟਰ, ਸਿੱਖਲੀ ਘਰਾਂ ਦੇ 4 ਸਿੱਖਾਂ ਦੇ ਘਰ ਉੱਥੇ ਬਣਨ ਲੱਗੇ ਹੈ ਮਹਾਰਾਸ਼ਟਰ ਦੇ ਵਿੱਚ, ਅਤੇ ਨਾਲ ਨਾਲ ਇਹ 4 ਘਰ ਪੰਜਾਬ ਦੇ ਵਿੱਚ ਵੀ ਉਸਾਰੀ ਹੋਰ ਸ਼ੁਰੂ ਹੋਣ ਲੱਗੀ ਹੈ। ਸੋ ਇਹ ਸਾਰੀ ਸੇਵਾਵਾਂ ਸੰਗਤ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ ਨਾ। ਇਹ 150 ਗਜ਼ ਦਾ ਪਲੋਟ ਹੈ, ਲਗਭਗ 6-7 ਮਰਲੇ ਬਣ ਜਾਂਦਾ ਇਹ ਪਲੋਟ ਹੈ ਇੱਥੇ, ਅਤੇ ਇਹ ਕਮਰਾ ਬਣਿਆ ਹੋਇਆ ਸੀਗਾ ਅਤੇ ਇੱਥੇ ਆ ਸੇਵਾ ਸਹਿਯੋਗ ਦਿੱਤੀ ਗਈ ਸੀ। ਹਰਭਜਨ ਸਿੰਘ ਜੀ ਮੇਰੇ ਨਾਲ ਇਸ ਫੈਮਿਲੀ ਨੂੰ ਇਹ ਘਰ ਸੰਗਤ ਵੱਲੋਂ ਦਿੱਤਾ ਗਿਆ ਨਾ, ਉਸ ਮਾਤਾ ਦਾ ਬਹੁਤ ਧੰਨਵਾਦ ਉਸ ਰੂਹ ਦਾ ਜਿਹਦੇ ਥਰੂ ਇਹ ਸੇਵਾ ਇਹ ਪ੍ਰਵਾਨ ਹੋਈ ਹੈ ਔਰ ਇਹ ਘਰ ਇਹਨਾਂ ਨੂੰ ਮਿਲਿਆ। ਇਹ ਸਾਦਾ ਕੁਛ ਨਹੀਂ ਹੈ, ਆਉਣ ਵਾਲੇ ਸਮੇਂ ਦੇ ਵਿੱਚ ਘਰ ਇਹਨਾਂ ਦੇ ਨਾਮ ਹੋ ਜਾਏਗਾ ਨਾ, ਅਤੇ ਬੜਾ ਸਾਫ਼ ਸਫਾਈ ਕਰਕੇ ਬੜਾ ਅੱਛੀ ਤਰ੍ਹਾਂ ਮੇਨਟੇਨ ਵੀ ਕਰ ਲਿਆ। ਤੁਹਾਨੂੰ ਫਿਰ ਗੁਜ਼ਾਰਿਸ਼ ਕਰ ਰਹੇ ਹਾਂ, ਸ਼ੇਅਰ ਕਰਦੇ ਰਹੋ, ਕਿਉਂਕਿ ਗੁਰੂ ਦੀ ਲੜ ਲੱਗੀ, ਗੁਰੂ ਨੂੰ ਪਿਆਰ ਕਰਦੀ ਹੋਈ ਬਹੁਤ ਸੰਗਤ ਹੈ ਜਿਹੜੇ ਕਿ ਗ੍ਰੰਥੀ ਸਿੰਘਾਂ ਦੇ ਘਰਾਂ ਦੀ ਉਸਾਰੀ ਦੇ ਵਿੱਚ ਉਹਨਾਂ ਦੀ ਵੈਲਫੇਅਰ ਦੇ ਲਈ, ਉਹਨਾਂ ਦੀ ਲੋਕ ਭਲਾਈ ਲਈ ਸੇਵਾ ਸਹਿਯੋਗ ਕਰਨਾ ਮੰਗਦੀ ਹੈ, ਲੇਕਿਨ ਕਰਨ ਕਿਵੇਂ? ਪਲੇਟਫਾਰਮ ਨਹੀਂ ਹੈ, ਜ਼ਰੀਆ ਨਹੀਂ ਹੈ, ਮੀਡੀਅਮ ਨਹੀਂ ਹੈ। ਅਤੇ ਤੁਹਾਨੂੰ ਬੇਨਤੀਆਂ ਕਰਦੇ ਉਹਨਾਂ ਤੱਕ ਆ ਵੀਡੀਓ ਜ਼ਰੂਰ ਪਹੁੰਚਾਇਓ। ਗੱਲ ਕਰਦੇ ਹਾਂ ਹਰਭਜਨ ਸਿੰਘ। ਹਰਭਜਨ ਸਿੰਘ, ਸੋਚਿਆ ਸੀਗਾ ਇੱਥੇ, ਪਹਿਲਾਂ ਮੈਨੂੰ ਦੱਸੋ ਤੁਹਾਨੂੰ ਗੁਰੂ ਘਰ ਦੀ ਕਮੇਟੀ ਨੇ, ਸਤਿ ਸ਼੍ਰੀ ਅਕਾਲ ਬੁਲਾਤੀ, ਕਹਿੰਦੇ ਨਿਕਲ ਜਾ ਬਸ ਫਟਾਫਟ। ਹਾਂਜੀ, ਉੱਥੇ ਜੀ ਮੇਰੇ ਘਰ ਦੇ ਬਿਮਾਰ ਹੋ ਗਏ ਸੀਗੇ। ਲਾਣਤਾਂ ਨੇ ਇਹੋ ਜੀ ਗੁਰੂ ਘਰ ਦੀ ਕਮੇਟੀਆਂ ਦੇ ਵਿੱਚ, ਇਹ ਮੋਹਾਲੀ ਦੇ ਵਿੱਚ ਸੀਗੀ। ਗੁਰੂ ਨਾਨਕ ਪਾਤਸ਼ਾਹ ਦਾ ਮੈਸੇਜ ਆਫ ਵਨਨੈਸ ਹੈ ਨਾ, ਵੰਡ ਕੇ ਛਕਣਾ ਹੈ ਨਾ, ਘੱਟ ਪ੍ਰਿਵਲੇਜ ਕਲਾਸ ਨੂੰ ਮੋਢਾ ਲਾਉਣਾ, ਇਹ ਸੰਦੇਸ਼ ਤਾਂ ਕਦੇ ਭੁੱਲ ਚੁੱਕੇ ਹਾਂ ਅਸੀਂ, ਇਹ ਸੰਦੇਸ਼ ਤਾਂ ਕਦੇ ਭੁੱਲ ਚੁੱਕੇ ਹਾਂ। ਇੱਕ ਦੂਜੇ ਦੀ ਜੜਾਂ ਵੱਢਣ ਨੂੰ ਜ਼ਰੂਰ ਲੱਗੇ ਹੋਏ ਹਾਂ ਅਸੀਂ, ਉੱਦਾਂ ਹੀ ਨਾਲ ਦੇ ਸਿੰਘਾਂ ਨੇ ਇਹਨਾਂ ਦੀ ਜੜਾਂ ਵੱਢੀਆਂ। ਆਹ ਮੁੰਡਾ ਇਹਨਾਂ ਦਾ 9ਵੀਂ ਕਲਾਸ 'ਚੋਂ ਪੜ੍ਹਾਈ ਤੋਂ ਹਟ ਗਿਆ, ਹੁਣ ਦੂਜਾ ਵੀ ਹਟ ਗਿਆ। ਹਾਂਜੀ, ਦੂਜਾ ਵੀ ਹਟ ਗਿਆ। ਹਾਂਜੀ, ਕਿਉਂਕਿ ਆਰਥਿਕ ਹਾਲਾਤ ਠੀਕ ਨਹੀਂ ਹੈਗੇ, ਕਿਉਂਕਿ ਆਰਥਿਕ ਹਾਲਾਤ ਠੀਕ ਨਹੀਂ ਹੈਗੇ ਸਿਰਫ ਇਸ ਗੱਲ ਕਰਕੇ
ਪਹਿਲਾਂ 8ਵੀਂ ਤੋਂ ਬੱਚਾ ਹਟ ਗਿਆ, ਹੁਣ 9ਵੀਂ ਚੋਂ ਹਟ ਗਿਆ। ਤੁਹਾਨੂੰ ਕਿਆ ਕਹਿੰਦੇ ਕਮੇਟੀ ਵਾਲੇ? ਜਿਵੇਂ ਦੋ ਘਰ ਦੀ ਬਿਮਾਰ ਹੋ ਗਈ ਅਤੇ ਅਸੀਂ ਹੋਸਪਿਟਲ 'ਚ ਰਹਿਣਾ ਪੈਂਦਾ ਸੀਗਾ ਮੈਨੂੰ ਜੀ, ਅਤੇ ਉਸ ਕਰਕੇ ਫਿਰ 2 ਕੁ ਮਹੀਨੇ ਮੇਰੇ ਕੋਲ ਜਾਇਆ ਨਹੀਂ ਗਿਆ। ਗੁਰਦੁਆਰੇ ਜਾਂਦਾ ਸੀ ਲੇਕਿਨ ਕੱਪੜੇ ਕੁੱਪੜੇ ਧੋ ਕੇ ਆ ਜਾਂਦਾ ਸੀ, ਇੰਨਾ ਟਾਈਮ ਨਹੀਂ ਸੀ ਹੁੰਦਾ। ਫਿਰ ਉਹਨਾਂ ਮੈਨੂੰ ਜਵਾਬ ਦਿੱਤਾ ਵੀ ਤੂੰ ਆਪਣਾ ਕਿਤੇ ਹੋਰ ਦੇਖ ਲਾ, ਇਹ ਤਾਂ ਤੇਰੀ ਮਜ਼ਬੂਰੀ ਆ, ਸਾਡੀ ਮਜ਼ਬੂਰੀ ਨਹੀਂ। ਕਹਿੰਦੇ ਗੱਲਾਂ ਕੌੜੀਆਂ ਹੋਣੀਆਂ ਲੇਕਿਨ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਨੂੰ ਜੇ ਸਹਿਮਤ ਹੋਏ। ਵੱਡੇ ਵੱਡੇ ਗੁਰੂ ਘਰ ਮਲਟੀਪਲ, ਇੱਕ ਨਹੀਂ ਦੋ ਦੋ ਚਾਰ ਚਾਰ ਦੀ 10-10 ਗੁਰੂ ਘਰ ਇੱਕ ਇੱਕ ਪਿੰਡ 'ਚ ਉਸਾਰ ਦਿੰਦੇ ਹਾਂ ਅਸੀਂ। ਗੁਰੂ ਘਰ ਛੱਡੋ, ਦੋ ਦੋ ਤਿੰਨ ਦਿਨ ਸ਼ਮਸ਼ਾਨ ਘਾਟ ਤੱਕ ਉਸਾਰੇ ਹੋਏ ਅਸੀਂ, ਔਰ ਇੱਕ ਲਾਂਗਰੀ ਸਿੰਘ ਲਈ ਕਮਰਾ ਨਹੀਂ ਨਿਕਲਿਆ। ਇੰਨੇ ਇੰਨੇ ਕੁ ਦਿਲ ਨੇ ਸਾਡੇ, ਇੰਨੇ ਇੰਨੇ ਕੁ ਦਿਲ ਨੇ, ਵੰਡ ਕੇ ਛਕਣਾ ਤਾਂ ਕੱਦੇ ਭੁੱਲ ਚੁੱਕੇ ਆ। ਪਹਿਲਾਂ ਸਮਾਨ ਚੁਕਾ ਦੇਣ ਲੱਗੇ ਜੀ, ਫਿਰ ਮੈਂ ਹੱਥ ਪੱਲਾ ਜੋੜਿਆ ਬੜਾ ਉਹਨਾਂ ਦੇ ਪੈਰ ਤੋਂ ਫੜੇ, ਫਿਰ 1 ਮਹੀਨੇ ਦਾ ਟਾਈਮ ਦਿੱਤਾ ਉਹਨਾਂ ਨੇ। ਅੱਛਾ, 1 ਮਹੀਨੇ ਦੇ ਵਿੱਚ ਤੁਹਾਡੀ ਕਾਰ ਦੇਣੀ। ਫਿਰ ਮੇਰੇ ਕੋਲ ਜੀ ਤੁਹਾਡੇ ਨਾਲ ਮੋਬਾਈਲ 'ਤੇ ਵੀਡੀਓ ਵੇਖੀ ਅਤੇ ਮੇਰੇ ਜੀ ਤੁਸੀਂ ਬਾਤ ਸਿਰ 'ਤੇ ਨਹੀਂ ਸੀਗਾ, ਹੋ ਜੂਗਾ। ਹਾਂਜੀ ਜੀ, ਜਦੋਂ ਮੈਂ ਤੁਹਾਨੂੰ ਲਿਖ ਕੇ ਪਾਇਆ ਮੈਨੂੰ ਮਹਾਰਾਜ ਗੜੀ ਅਰਦਾਸ ਕਰਕੇ, ਅਸੀਂ ਸਵੇਰੇ ਅੰਮ੍ਰਿਤ ਵੇਲੇ ਮੱਥਾ ਟੇਕ ਕੇ ਜੀ ਇਹੋ ਅਰਦਾਸ ਕਰਦੇ, ਮਹਾਰਾਜ ਕਿਤੇ ਨਾ ਕਿਤੇ ਸਾਨੂੰ ਛੱਤ ਮਿਲ ਜੇ, ਕਿਤੇ ਮੇਰੇ ਬੱਚੇ ਨਾ ਰੁੱਲ ਜਾਣ ਜੀ। ਪਹਿਲਾਂ ਘਰ ਦੇ ਬਿਮਾਰ, ਉੱਤੋਂ ਕਰਜ਼ਾ ਸਿਰ 'ਤੇ ਜੀ, ਕੁਛ ਵੀ ਨਾ ਸਾਡੇ ਕੋਲ ਤੇ ਕੁਛ ਵੀ ਨਹੀਂ ਸੀਗਾ ਜੀ। ਇਹ ਤਾਂ ਤੁਸੀਂ ਮੇਰੇ ਪਰ ਹੱਥ ਰੱਖਿਆ, ਸੰਸਥਾ ਨੇ ਸਾਡੇ ਨਾ ਹੈਲਪ ਕਰਦੀ ਅਤੇ ਅਸੀਂ ਤਾਂ ਰੁੱਲ ਗਏ ਹਾਂ ਜੀ। ਦੇਖੋ ਇਹ ਪਲੋਟ ਦੀ ਲੈਂਥ ਦੇਖ ਲਓ, 62 ਫੁੱਟ ਲੰਬਾ ਪਲੋਟ ਹੈ ਪਿੱਛੇ ਤੱਕ, ਹੈ ਨਾ। ਸਾਫ਼ ਸਫਾਈ ਇਹਨਾਂ ਨੇ ਕਰ ਲਈ ਹੈ, ਹੈ ਨਾ, ਜੋ ਸਾਫ਼ ਸਫਾਈ ਇਹਨਾਂ ਨੇ ਕਰ ਲਈ ਹੈ, ਔਰ ਇਹਨਾਂ ਨੇ ਇਹ ਘਰ ਇਹਨਾਂ ਦਾ ਹੋ ਚੁੱਕਿਆ ਤਾਂ ਉਮਰ ਲਈ, ਹੈ ਨਾ। ਜੇ ਕਿਸੇ ਬਹੁਤ ਸਾਰੇ NRI ਵੀਰ ਭੈਣ ਬਾਹਰ 'ਚ ਜਾ ਚੁੱਕੇ, ਉਹਨਾਂ ਦੇ ਬਹੁਤ ਸਾਰੇ ਘਰ ਹੋਣਗੇ, ਇੱਥੇ ਜ਼ਮੀਨਾਂ ਪਈਆਂ ਹੋਣਗੀਆਂ, ਜੇ ਉਹਨਾਂ ਦੇ ਜਿਗਰੇ ਵੱਡੇ ਨੇ, ਹੈ ਨਾ। ਸਾਡੇ ਕੋਲ ਇੱਕ ਰੋਬਸਟ ਸਿਸਟਮ ਹੈ, ਹੈ ਨਾ, ਪੂਰਾ ਸਰਵੇ ਕਰਕੇ ਇੱਕ ਬੜਾ ਹੀ ਪੈਟਰਨ ਦੇ ਵਿੱਚ ਇਹ ਘਰ ਉਹਨਾਂ ਕੋਲ ਦਿੱਤਾ ਜਾਂਦਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਨਾਮ ਕੀਤਾ ਜਾਂਦਾ ਹੈ। ਜੇ ਉਹ ਇਸ ਤਰ੍ਹਾਂ ਦੀ ਸੇਵਾ ਦੇ ਵਿੱਚ ਸਹਿਯੋਗ ਕਰ ਸਕਣ ਤਾਂ ਬਹੁਤ ਸ਼ੁਕਰੀਆ ਰਹੇਗਾ। ਇਹ ਅਸੀਂ ਆਪਣੇ ਆਪ ਲਈ ਨਹੀਂ ਮੰਗ ਰਹੇ, ਹੈ ਨਾ, ਗੁਰੂ ਦੇ ਲੜ ਲੱਗੇ ਸਿੰਘਾਂ ਦੇ ਲਈ ਮੰਗ ਰਹੇ ਹਾਂ। ਸਾਡੇ ਪੇਜ 'ਤੇ ਜਾ ਸਕਦੇ ਹੋ, ਹੈ ਨਾ, ਸਾਡੇ ਪੇਜ 'ਤੇ ਜਾ ਕੇ ਸਾਨੂੰ ਚੈੱਕ ਕਰ ਸਕਦੇ ਹੋ, ਸਾਡੀ ਵੈਬਸਾਈਟ 'ਤੇ ਸਾਨੂੰ ਚੈੱਕ ਕਰ ਸਕਦੇ, ਥੱਲੇ ਵੈਬਸਾਈਟ ਵੀ ਚੱਲ ਰਹੀ ਹੈ। ਸਾਨੂੰ ਲੋੜ ਹੈ ਤੁਹਾਡੇ ਸਹਿਯੋਗ ਦੀ, ਹੈ ਨਾ। ਅੱਗੇ ਗੁਰੂ ਨਾਨਕ ਪਾਤਸ਼ਾਹ ਦਾ ਨਵੰਬਰ ਦੇ ਵਿੱਚ ਪ੍ਰਕਾਸ਼ ਉਤਸਵ ਵੀ ਆ ਰਿਹਾ ਨਾ, ਅਤੇ ਆਪਾਂ ਰਲ ਮਿਲ ਕੇ ਬਹੁਤ ਸਾਰੇ ਸਿੰਘਾਂ ਦੀ ਸੇਵਾ ਦੇ ਵਿੱਚ ਸਹਿਯੋਗ ਕਰ ਸਕਦੇ। ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ ਸਾਨੂੰ, ਉਮੀਦ ਕਰਦੇ ਹਾਂ ਜ਼ਰੂਰ ਸਾਥ ਨਾਲ ਜੁੜੋਗੇ। ਹਰਭਜਨ ਸਿੰਘ ਜੀ, ਤੁਹਾਡੇ ਨਾਮ ਇਹ ਹੁਣ ਇਹ ਘਰ ਤੁਹਾਡਾ ਹੀ ਆ ਹੁਣ, ਠੀਕ ਹੈ ਜੀ? 7 ਵਜੇ ਜੀ, ਠੀਕ ਹੈ ਜੀ। ਸ਼ੁਕਰ ਹੈ ਬੱਚਿਆਂ ਨਾਲ, ਸਾਰਿਆਂ ਨਾਲ ਖੁਸ਼ ਹੋਣ। ਹਾਂਜੀ ਹਾਂਜੀ, ਬਹੁਤ ਖੁਸ਼ ਜੀ, ਹੈ ਨਾ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਬਲਬੂਤਾ ਬਖਸ਼ੇ ਜੀ, ਹੋਰ ਵੀ ਸਿੱਖਾਂ ਗਰੀਬਾਂ ਦੀ ਮਦਦ ਕਰਨ ਵਾਸਤੇ ਮਹਾਰਾਜ ਕਿਰਪਾ ਮਿਹਰ ਪ੍ਰਿਆਤ ਰੱਖੇ ਜੀ, ਸਾਰੇ ਤੁਹਾਡੇ ਸੇਵਾਦਾਰਾਂ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।